ਆਮ ਆਦਮੀ ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ। ਆਮ ਆਦਮੀ ਪਾਰਟੀ ਦੇ ਵਿਧਾਇਕ ਜੱਸੀ ਜਸਰਾਜ ਨੇ ਕੇਜਰੀਵਾਲ ਤੋਂ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪ੍ਰੈਸ ਕਾਨਫਰੰਸ ਦੌਰਾਨ ਜੱਸੀ ਜਸਰਾਜ ਨੇ ਕਿਹਾ ਕਿ 2014 ਤੋਂ ਲੈ ਕੇ ਇਹ 5 ਸਾਲ ਬੀਤ ਚੁੱਕੇ ਨੇ, ਪਰ ਸੱਚ ਦੀ ਆਵਾਜ਼ ਨੂੰ ਆਪਨੇ ਕਦੇ ਵੀ ਨਹੀਂ ਸੁਣਿਆ ਤੇ ਪੰਜਾਬ ਵਿੱਚ ਪਾਰਟੀ ਨੇ ਉਹਨਾਂ ਨੂੰ ਉਹ ਅਹਿਮੀਅਤ ਨਹੀਂ ਦਿੱਤੀ ਜੋ ਉਹਨਾਂ ਨੂੰ ਮਿਲਣੀ ਚਾਹੀਦੀ ਸੀ। ਬਾਕੀ ਜੱਸੀ ਜਸਰਾਜ ਨੇ ਕੀ ਕਿਹਾ ਤੁਸੀਂ ਆਪ ਸੁਣ ਸਕਦੇ ਹੋ। ਅਹਿਮੀਅਤ ਦਾ ਸਿੱਖ ਕੌਮ ਦਾ ਸਾਡੇ ਦੇਸ਼ 'ਚ ਉਹਦੇ ਲਈ ਅਸੀਂ ਕੰਮ ਕੀਤਾ ਸੀ ਤਾਂ ਇੱਕ ਦੂਜੇ ਨੂੰ ਅਸੀਂ ਜਾਣਨ ਕਰਕੇ ਫੂਲਕਾ ਜੀ ਦੀ ਪ੍ਰੇਰਨਾ ਸਦਕਾ ਆਮ ਆਦਮੀ ਪਾਰਟੀ ਜੁਆਇਨ ਕਰਕੇ 9 ਜਨਵਰੀ ਤੋਂ ਲੈ ਕੇ 26 ਜਨਵਰੀ ਤੱਕ ਮੈਂ ਨਹੀਂ ਕਿਤੇ ਵੀ ਦਿਖਾਇਆ ਕਿ ਮੈਂ ਲੜਨਾ, ਪਰ ਫੂਲਕਾ ਜੀ ਕਹਿੰਦੇ ਰਹੇ ਜੱਸੀ ਜੀ ਤੁਸੀਂ ਜ਼ਰੂਰ ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੋ। ਅਨੰਦਪੁਰ ਸਾਹਿਬ ਤੋਂ ਕਾਗਜ਼ ਭਰੇ, ਅਨੰਦਪੁਰ ਸਾਹਿਬ ਤੋਂ ਟਿਕਟ ਮਿਲਦੀ ਹੈ ਹਿੰਮਤ ਸਿੰਘ ਸ਼ੇਰਗਿੱਲ ਨੂੰ। ਅਸੀਂ ਆਮ ਆਦਮੀ ਪਾਰਟੀ ਦੇ ਲਈ ਮੈਂ ਉਦੋਂ ਵੀ ਇੱਕ ਗੀਤ ਇਨਕਲਾਬ ਦਿੱਤਾ ਮਾਰਚ ਦੇ ਵਿੱਚ, ਜਿਹੜਾ ਪੂਰੇ ਦੇਸ਼ ਦੇ ਵਿੱਚ ਸਾਰੀਆਂ ਲੋਕ ਸਭਾ ਸੀਟਾਂ ਤੇ ਜਿੱਥੇ ਜਿੱਥੇ ਆਮ ਆਦਮੀ ਪਾਰਟੀ ਚੋਣ ਲੜੀ ਸੀ, ਵਾਰਾਣਸੀ ਜਿੱਥੇ ਅਰਵਿੰਦ ਕੇਜਰੀਵਾਲ ਚੋਣ ਲੜੇ ਉੱਥੇ ਵੀ ਚੱਲਿਆ, ਤੇ ਜਿੱਥੇ ਅਮੇਠੀ ਕੁਮਾਰ ਵਿਸ਼ਵਾਸ ਚੋਣ ਲੜੇ ਉਹ ਖੁਦ ਕਹਿੰਦੇ ਸੀ ਕਿ ਜੱਸੀ ਮੈਂ ਤੁਹਾਡਾ ਗਾਣਾ, ਜਿੱਥੇ ਮੈਂ ਨਹੀਂ ਸੀ ਪਹੁੰਚ ਪਾਉਂਦਾ ਅਮੇਠੀ ਦੇ ਵਿੱਚ, ਕਹਿੰਦੇ ਮੈਂ ਤੁਹਾਡਾ ਗਾਣਾ, ਮੈਂ ਕਹਿਤਾ ਤਾ ਯਾਰ ਉਸ ਲੜਕੇ ਕਾ ਗਾਣਾ ਲਗਾ ਦਿਓ ਜੱਸੀ ਕਾ, ਵੀ ਉਸ ਗਾਣੇ ਮੈਂ ਸਭ ਕੁਛ ਹੀ ਹੈ ਜੋ ਮੈਨੇ ਕਹਿਣਾ ਹੈ। ਉਹ ਹਿੰਦੀ 'ਚ ਗਾਣਾ ਸੀਗਾ, ਉਹ ਸਾਰੀਆਂ ਲੋਕ ਸਭਾਵਾਂ 'ਤੇ ਚੱਲਿਆ। ਉਸ ਤੋਂ ਬਾਅਦ ਵੀ ਕਿਉਂਕਿ ਐਜ਼ ਐਨ ਆਰਟਿਸਟ ਮੇਰਾ ਫਰਜ਼ ਬਣਦਾ ਸੀ, ਮੈਂ ਆਪਣੀ ਕਲਮ ਰਾਹੀਂ, ਮੈਂ ਆਪਣੀ ਆਵਾਜ਼ ਰਾਹੀਂ ਜੋ ਦੇ ਸਕਦਾ ਸੀ ਉਸ ਰੈਵੋਲੂਸ਼ਨ ਨੂੰ ਉਹ ਦਿੱਤਾ। ਫਿਰ ਸਾਨੂੰ 3 ਜਾਂ 4 ਅਪ੍ਰੈਲ ਨੂੰ ਟਿਕਟ ਮਿਲਦੀ ਹੈ ਬਠਿੰਡਾ ਤੋਂ, ਜਿਹੜਾ ਕਿ ਮੇਰਾ ਏਰੀਆ ਨਹੀਂ ਸੀਗਾ ਬਠਿੰਡਾ, ਨਾ ਮੇਰੇ ਉੱਥੇ ਕੋਈ ਸਕੂਲਿੰਗ ਹੋਈ ਹੈ, ਨਾ ਮੇਰੇ ਕੋਈ ਉੱਥੇ ਨਾਨਕੇ ਨੇ, ਨਾ ਕੋਈ ਮੇਰੀ ਰਿਸ਼ਤੇਦਾਰੀ ਹੈ, ਨਾ ਕੋਈ ਇੰਨੇ ਜ਼ਿਆਦਾ ਮੇਰਾ ਕੋਈ ਫਰੈਂਡ ਸਰਕਲ ਸੀਗਾ, ਸਿਰਫ ਸ਼ੋਜ਼ ਕਰਨ ਜ਼ਰੂਰ ਜਾਂਦੇ ਸੀ। ਸਾਨੂੰ ਜਦੋਂ ਬਠਿੰਡਾ ਤੋਂ ਥਾਪੜਾ ਦਿੱਤਾ, ਕਹਿੰਦੇ ਜੀ ਜਿਹੜੇ ਵੱਡੇ ਲੀਡਰ ਹੈ ਉਹਨਾਂ 'ਚੋਂ ਕੋਈ ਵੀ ਹਰਸਿਮਰਤ ਬਾਦਲ ਤੇ ਮਨਪ੍ਰੀਤ ਬਾਦਲ ਦੇ ਵਿਰੁੱਧ ਲੜਨ ਨੂੰ ਤਿਆਰ ਨਹੀਂ, ਤੇ ਮੈਂ ਇੱਕ ਵਾਰ ਨਹੀਂ ਸੋਚਿਆ, ਮੈਂ ਸਿੱਧਾ ਕੇਜਰੀਵਾਲ ਸਾਹਿਬ ਨੂੰ ਕਿਹਾ ਕਿ ਜੀ ਮੇਰੀ ਹਾਂ ਹੈ ਵੀ ਮੈਂ ਲੜਾਂਗਾ, ਵੀ ਜ਼ਰੂਰੀ ਨਹੀਂ ਹੁੰਦਾ ਹਰ ਲੜਾਈ ਜਿੱਤਣ ਲਈ ਲੜੀ ਜਾਵੇ, ਇੱਕ ਕ੍ਰਾਂਤੀ ਜਿਉਂਦੀ ਰਹਿ ਜੇ, ਇੱਕ ਯੂਥ ਦਾ ਜਿਹੜਾ ਉਦੋਂ ਜਲੋ ਜਲਾਲ ਸੀ, ਜਿਹੜਾ ਜੋਸ਼ ਸੀ ਉਹ ਜਿਉਂਦਾ ਰਹਿ ਜੇ, ਉਹਨੂੰ ਇੱਕ ਹੋਰ ਥਾਪੜਾ ਦੇਣ ਲਈ ਅਸੀਂ ਆਪਣੇ ਕੈਰੀਅਰ, ਜਦਕਿ ਤੁਹਾਨੂੰ ਵੀ ਪਤਾ ਵੀ ਬਾਦਲਾਂ ਦੀ ਸਰਕਾਰ ਸੀ ਉਦੋਂ, ਤੇ ਬਾਦਲਾਂ ਦੇ ਗੜ ਦੇ ਵਿੱਚ ਹੀ ਕੋਈ ਕਲਾਕਾਰ ਗਾਣਿਆਂ 'ਚ ਜਿੰਨਾ ਮਰਜ਼ੀ ਕੋਈ ਚੀਕਾਂ ਮਾਰ ਲਏ, ਚੱਕ ਦਾਂਗੇ ਮਾਰ ਦਾਂਗੇ, ਆਹ ਕਰ ਦਾਂਗੇ ਉਹ ਕਰ ਦਾਂਗੇ, ਪਰ ਪ੍ਰੈਕਟੀਕਲੀ ਨੋ ਬੜੀ ਡੇਅਰਸ ਟੂ ਸਟੈਂਡ ਅਗੇਂਸਟ ਦਾ ਚੀਫ ਮਿਨਿਸਟਰ। ਤੇ ਜੱਸੀ ਜਸਰਾਜ ਉੱਥੇ ਜਾ ਕੇ ਲੜਿਆ, ਇਮਾਨਦਾਰੀ ਨਾਲ ਲੜੇ ਆ, ਸੁਖਬੀਰ ਬਾਦਲ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਹਰਸਿਮਰਤ ਬਾਦਲ ਮਜੀਠੀਆ, ਉਹ ਸਾਰੇ ਕਹਿੰਦੇ ਅਸੀਂ ਜੀ ਗੁਰੂ ਦੀ ਆਗਿਆ ਨਾਲ ਕਰਦੇ ਹਾਂ। ਉਹਨਾਂ 'ਚੋਂ ਇੱਕ ਬੰਦਾ ਕਹਿ ਦੇ ਵੀ ਭਾਈ ਤੁਹਾਡੀ ਇੱਕ ਪੰਜੀ ਵੀ ਚੱਕੀ ਹੋਵੇ। ਜੇ ਮੋਦੀ ਦੇ ਖਿਲਾਫ ਕੇਜਰੀਵਾਲ ਲੜੇ ਸੀ ਤਾਂ ਪੰਜਾਬ ਦੇ ਮੋਦੀ ਦੇ ਖਿਲਾਫ ਜੱਸੀ ਜਸਰਾਜ ਬਠਿੰਡੇ ਲੜਿਆ ਸੀ। ਅਸੀਂ ਤਨ ਮਨ ਧਨ ਤੋਂ ਲੜੇ, ਅਰਵਿੰਦ ਕੇਜਰੀਵਾਲ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਦਾ ਚੱਕਰ 10, 11, 12 ਅਪ੍ਰੈਲ ਨੂੰ ਉਹਨਾਂ ਦੇ ਨਾਲ ਚਲਾਇਆ ਸੀ 2014 'ਚ, ਬਟ ਉਹ ਬਠਿੰਡੇ ਨਹੀਂ ਆਏ ਤੇ 25 ਕਿਲੋਮੀਟਰ ਦੂਰ ਸੁਨਾਮ ਤੋਂ, ਬਠਿੰਡੇ ਦੀ ਹੱਦ ਤੋਂ ਉਹ ਵਾਪਸ ਮੁੜ ਗਏ। ਕਹਿੰਦੇ ਜੱਸੀ ਜੀ ਮੈਂ ਆ ਨਹੀਂ ਪਾਊਂਗਾ ਜੀ, ਆਪਕੇ ਸ਼ਡਿਊਲ ਮੇ ਨਹੀਂ ਹੈ। ਮੈਂ ਉਹਨਾਂ ਨੂੰ ਉਦੋਂ ਵੀ ਕਿਹਾ ਸੀਗਾ ਦਰਬਾਰ ਸਾਹਿਬ ਬੈਠ ਕੇ ਕੇਜਰੀਵਾਲ ਸਾਹਿਬ ਨੂੰ, ਮੈਂ ਕਿਹਾ ਜੀ ਲੋਕਾਂ ਦਾ ਗੁੱਸਾ ਬਾਦਲਾਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲ ਸਰਕਾਰ ਦੀਆਂ ਨੀਤੀਆਂ ਪ੍ਰਤੀ ਹੈ, ਲੋਕਾਂ ਦਾ ਗੁੱਸਾ ਬਾਦਲਾਂ ਵੱਲੋਂ ਕੀਤੀ ਲੁੱਟ ਖਸੁੱਟ ਜ਼ੁਲਮ ਦੇ ਵਿਰੁੱਧ ਹੈ। ਤੇ ਜੇ ਤੁਸੀਂ ਬਾਦਲਾਂ ਦੇ ਰਾਜ ਵਿੱਚ ਬਠਿੰਡਾ ਨਹੀਂ ਆਓਗੇ, ਜਿੱਥੇ ਲੋਕ ਹਰਸਿਮਰਤ ਬਾਦਲ ਨੂੰ ਹਾਰਦਾ ਦੇਖਣਾ ਚਾਹੁੰਦੇ ਆ,
ਤਾਂ ਸਾਡਾ ਵੋਟ ਬੈਂਕ ਸਾਰੇ ਪਾਸੇ ਘਟੂਗਾ, ਸਾਨੂੰ ਨੁਕਸਾਨ ਹੋਊਗਾ। ਬਟ ਕੇਜਰੀਵਾਲ ਸਾਹਿਬ ਨੇ ਦਰਬਾਰ ਸਾਹਿਬ 'ਚ ਬੈਠ ਕੇ ਮੈਨੂੰ ਕਹਿਤਾ ਸੀ, ਕਹਿੰਦੇ ਵੀ ਦੇਖੋ ਜੀ ਜਿਹਨਾਂ ਨੇ ਪਲਾਨ ਬਣਾਇਆ ਹੈ ਜੱਸੀ ਜੀ, ਉਹਨਾਂ ਨੇ ਸੋਚ ਕੇ ਹੀ ਬਣਾਇਆ ਹੋਗਾ, ਅਗਰ ਉਹਨਾਂ ਨੇ ਬਠਿੰਡਾ ਨਹੀਂ ਰੱਖਾ ਤਾਂ ਮੈਂ ਕਿਆ ਕਰ ਸਕਦਾ ਹਾਂ। ਮੈਂ ਕਿਹਾ ਜੀ ਉਹ ਪਲਾਨ ਬਾਰੇ ਦਿੱਲੀ ਬੈਠੇ ਆ, ਇਹ ਪੰਜਾਬ ਹੈ। ਮੈਂ ਕਿਹਾ ਸ਼ਤਰੰਜ ਮੇਂ ਰਾਜਾ ਮਾਰਾ ਜਾਤਾ ਹੈ, ਪਿਆਦੋਂ ਕੋ ਮਾਰ ਕੇ ਕੋਈ ਸੈਲੀਬ੍ਰੇਟ ਨਹੀਂ ਕਰਤਾ। ਚੰਦੂ ਮਾਜਰਾ ਜਾਂ ਢੀਂਡਸਾ ਕੇ ਖਿਲਾਫ ਲੋਕੋਂ ਕਾ ਗੁੱਸਾ ਨਹੀਂ ਹੈ, ਅਨਿਲ ਜੋਸ਼ੀ ਜਾਂ ਬੀਜੇਪੀ ਕੇ ਪ੍ਰਤੀ ਲੋਕ ਨਹੀਂ ਕਹਤੇ, ਲੋਕ ਬਾਦਲੋਂ ਕੋ ਕੋਸਤੇ ਹੈ ਔਰ ਬਾਦਲੋਂ ਕੇ ਰਾਜ ਮੇਂ ਲੋਕ ਬਾਦਲੋਂ ਕਾ ਪਤਨ ਦੇਖਣਾ ਚਾਹਤੇ ਹੈ। ਪਰ ਕੇਜਰੀਵਾਲ ਸਾਹਿਬ ਨੇ ਸਾਡੀ ਇੱਕ ਨਹੀਂ ਸੁਣੀ, ਉਹ ਸੁਨਾਮ ਤੋਂ ਮੁੜੇ। ਭਗਵੰਤ ਮਾਨ ਨੂੰ ਬਹੁਤ ਵਾਰੀ ਕਿਹਾ ਸੀ ਕਿ ਭਗਵੰਤ ਤੇਰੇ ਕੋਲ ਆ ਰਹੇ ਨੇ, ਬਾਈ ਸਾਡੇ ਕੋਲ ਅੱਧਾ ਘੰਟਾ ਹੀ ਲਵਾ ਦੇ। ਭਗਵੰਤ ਮਾਨ ਦੀ ਸੀਟ ਜਿਹੜੀ ਕਿ ਪਹਿਲਾਂ ਹੀ ਹਵਾ ਬਣ ਚੁੱਕੀ ਸੀ ਤੇ ਉਹ ਜਿੱਤਣ ਦੇ ਕਿਨਾਰੇ ਸੀ, ਉੱਥੇ 8-9 ਘੰਟੇ ਭਗਵੰਤ ਮਾਨ ਨੇ ਉੱਥੇ ਉਲਝਾਈ ਰੱਖਿਆ ਉਹਨਾਂ ਨੂੰ, ਜਦਕਿ ਵੱਡਾ ਦਿਲ ਕਰਕੇ ਉਹ ਕ੍ਰਾਂਤੀ ਜਿਉਂਦੀ ਰਹਿ ਜਾਂਦੀ ਜੇ ਉਹ ਬਠਿੰਡੇ ਭੇਜ ਦਿੰਦਾ। ਤੇ ਜਿਹੜੇ ਰਿਜ਼ਲਟ ਸੰਗਰੂਰ 'ਚ ਆਏ ਸੀ 2014 'ਚ, ਜਿਹੜੇ ਉਹਦੇ ਗੁਆਂਢ ਫਰੀਦਕੋਟ 'ਚ ਆਏ ਸੀ, ਫਰੀਦਕੋਟ ਤੇ ਸੰਗਰੂਰ ਦੇ ਵਿਚਕਾਰ ਪੈਂਦਾ ਬਠਿੰਡਾ, ਇੱਦਾਂ ਕਿੱਦਾਂ ਹੋ ਸਕਦਾ ਵੀ ਉਰੇ ਮੀਂਹ ਪਵੇ ਤੇ ਠੰਡ ਬਠਿੰਡੇ ਨਾ ਜਾਵੇ, ਇੱਥੇ ਮੀਂਹ ਪਵੇ ਤੇ ਠੰਡ ਬਠਿੰਡੇ ਨਾ ਆਵੇ? ਜੇ ਉਸ ਬੈਲਟ ਦੇ ਵਿੱਚ ਹੀ ਕ੍ਰਾਂਤੀ ਆ ਰਹੀ ਸੀ, ਫਰੀਦਕੋਟ ਤੋਂ ਲੈ ਕੇ ਤੁਸੀਂ ਲਾ ਲਓ ਵੀ ਹਰਿੰਦਰ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ, ਪਟਿਆਲਾ ਤੋਂ ਧਰਮਵੀਰ ਗਾਂਧੀ, ਸੰਗਰੂਰ ਤੋਂ ਭਗਵੰਤ ਮਾਨ, ਉਧਰੋਂ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ ਜਿੱਤੇ। ਇੱਦਾਂ ਕੀ ਗੱਲ ਸੀ ਕਿ ਬਠਿੰਡੇ ਉਹ ਕ੍ਰਾਂਤੀ ਥੋੜੀਆਂ ਵੋਟਾਂ ਲੈ ਪਾਈ, ਸਿਰਫ ਕਿਉਂਕਿ ਬਾਦਲਾਂ ਨੂੰ ਰੋਕ ਹਰਾਉਣਾ ਚਾਹੁੰਦੇ ਸੀ। ਪਿੰਡਾਂ ਦੇ ਪਿੰਡਾਂ ਨੇ ਕਹਿਤਾ ਸੀ, ਜੱਸੀ ਤੇਰਾ ਲੀਡਰ ਹੀ ਸੀਰੀਅਸ ਨਹੀਂ ਹੈਗਾ, ਜੇ ਤੇਰਾ ਲੀਡਰ ਹੀ ਆ ਜਾਏ, ਭਗਵੰਤ ਮਾਨ ਇੱਕ ਚੱਕਰ ਲਾ ਦੇ, ਬਜ਼ੁਰਗ ਕਹਿੰਦੇ ਸੀ ਸਾਰੇ ਪਿੰਡ ਦੀ ਵੋਟ ਪਵਾ ਦਾਂਗੇ। ਮੈਂ ਭਗਵੰਤ ਨੂੰ ਕਹਿੰਦਾ ਰਿਹਾ, ਮਹਾਂ ਬਾਈ ਆ ਜਾ, ਤੇਰੀ ਲੋੜ ਹੈ, ਤੂੰ ਤਾਂ ਜਿੱਤਿਆ ਪਿਆ। ਜਦੋਂ ਬਠਿੰਡੇ ਦੇ ਬਾਰਡਰ ਏਰੀਏ ਦੇ ਪਿੰਡਾਂ ਕੋਲ ਆਉਣਾ ਤਾਂ ਸਾਡੇ ਵੱਲ ਵੀ ਗੇੜਾ ਮਾਰ ਦੇ, ਮਹਾਂ ਮੇਰੀ ਇੱਜ਼ਤ ਰਹਿ ਜੂ ਨਾ ਜੀ। ਉਸ ਤੋਂ ਬਾਅਦ 2014 ਤੋਂ ਬਾਅਦ 2014, 15, 16 ਅਸੀਂ ਈਮੇਲਸ ਲਿਖੀਆਂ ਨੇ ਅਰਵਿੰਦ ਕੇਜਰੀਵਾਲ ਨੂੰ, ਪਰ ਸਾਡੀ ਕਿਸੇ ਈਮੇਲ ਦਾ ਜਵਾਬ ਨਹੀਂ ਆਇਆ। 2015 ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਜੀ ਦੀ ਦੁਬਾਰਾ ਸਰਕਾਰ ਬਣੀ ਹੈ, ਉਸ ਸਰਕਾਰ ਦੇ ਵਿੱਚ ਜੱਸੀ ਜਸਰਾਜ ਦਾ ਯੋਗਦਾਨ, ਵੱਡੇ ਤੋਂ ਵੱਡੇ ਚੈਨਲਾਂ ਨੇ ਵੀ ਮੰਨਿਆ ਕਿ ਜੱਸੀ ਤੁਸੀਂ, ਕੁਮਾਰ ਵਿਸ਼ਵਾਸ, ਭਗਵੰਤ ਮਾਨ ਤੇ ਇੱਕ ਵਿਸ਼ਾਲ ਦਦਲਾਨੀ, ਕਹਿੰਦੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕਿਉਂਕਿ ਤੀਜੀ ਵਾਰ ਇਲੈਕਸ਼ਨ ਦਿੱਲੀ 'ਚ ਹੋ ਰਹੀ ਸੀ। 2013 ਜਦੋਂ ਕੇਜਰੀਵਾਲ ਸਾਹਿਬ ਦੀ ਪਹਿਲੀ ਵਾਰ ਸਰਕਾਰ ਬਣੀ, 2014 ਲੋਕ ਸਭਾ ਤੇ 2015 'ਚ ਦੁਬਾਰਾ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਸੀ ਦਿੱਲੀ ਦੇ ਵਿੱਚ। ਉਹ ਕਹਿੰਦੇ ਪੀਪਲ ਵਰ ਫੈਡ ਅਪ ਵਿਦ ਦ ਪੋਲੀਟੀਕਲ ਸਪੀਚ। ਬਿਊਰੋ ਰਿਪੋਰਟ, ਪ੍ਰੈਸ ਪਬਲਿਕ ਨਿਊਜ਼।